ਤੁਸੀਂ ਤਾਂ ਹਲੇ ਮਹੀਨਾ ਪਹਿਲਾਂ ਵੀ ਉੱਥੇ ਲਿਖ ਕੇ ਦੇ ਕੇ ਆਏ ਹੋ ਵੀ ਚੋਣਾਂ ਹਲੇ ਨਹੀਂ ਹੋਣੀਆਂ ਚਾਹੀਦੀਆਂ, ਹਲੇ ਫੋਟੋ ਆਇਡੈਂਟੀ ਕਾਰਡ ਬਣਨੇ ਚਾਹੀਦੇ ਆ, ਹਲੇ ਤੇ ਸਮਾਂ ਲੱਗੇ। ਤੁਸੀਂ ਤਾਂ ਅੱਜ ਦੀ ਤਰੀਕ ਚ ਵੀ ਨਹੀਂ ਬਣਦੇ ਸੀ ਚੋਣਾਂ, ਤੁਸੀਂ ਲੇਟ ਕਰਨ ਦੀ ਗੱਲ ਤੇ ਬਲੇਮ ਕਰ ਰਹੇ ਹੋ। ਨੋ ਨੋ, ਮਹੀਨਾ ਪਹਿਲਾਂ ਮੇਰੇ ਨਾਲ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਕੋਲ ਉੱਥੇ ਤੁਸੀਂ ਸਰਨਾ ਸਾਹਿਬ, ਤੁਹਾਡਾ ਇੱਕ ਪੁਆਇੰਟ ਆਇਆ ਵੀ ਫੋਟੋ ਜਿਹੜੇ ਆਇਡੈਂਟੀ ਕਾਰਡ ਬਣਨੇ ਚਾਹੀਦੇ ਆ, ਇਸ ਕਰਕੇ ਇਹ ਚੋਣਾਂ ਹੋਰ ਲੇਟ ਹੋਣੀ ਚਾਹੀਦੀਆਂ। ਨਹੀਂ ਨਹੀਂ, ਔਰ ਆ ਸਾਰੇ ਜਿਹੜੇ ਤੁਸੀਂ ਜਿੰਨੇ ਸਿਆਪੇ ਖੜੇ ਕੀਤੇ ਆ, ਇਹ ਚੋਣ ਅੱਗੇ ਪਾਉਣ ਵਾਸਤੇ ਕੀਤੇ ਆ। ਇਹ ਤੁਸੀਂ ਚੀਮਾ ਜੀ ਵੈਸੇ ਤੁਸੀਂ ਦੋਵੇਂ ਚੀਮਾ ਜੀ, ਤੁਸੀਂ ਸ਼ਾਇਦ ਬਾਹਰ ਜਾ ਕੇ ਗੱਲ ਕਰ ਲਿਓ। ਮੈਂ ਰਾਣੂ ਜੀ ਕੋ ਜਾਣਾ ਚਾਹਨਾ ਵਾ। ਰਾਣੂ ਜੀ, ਤੁਸੀਂ ਕੱਲ ਵੈਸੇ ਕਾਫੀ ਖੁਸ਼ ਸੀਗੇ, ਪਰ ਤੁਹਾਡੀ ਜਿਹੜੀ ਖੁਸ਼ੀ ਬੜੀ ਸ਼ਾਰਟ ਲਿਫਟ ਜੀ ਹੋ ਗਈ। ਤੁਹਾਨੂੰ ਕੀ ਲੱਗਦਾ ਵੀ ਆ ਜੋ ਹੋਇਆ ਹੈ ਕਿਵੇਂ ਹੋਇਆ? ਦੇਖੋ ਜੀ, ਮੈਂ ਤਾਂ ਇਹ ਸਮਝਦਾ ਵੀ ਮੇਰੀ ਤਾਂ ਅੱਜ ਉਹ ਹਾਲਤ ਹੋ ਗਈ ਆ ਵੀ ਇੱਕ ਗੇਂਦ ਜਦੋਂ ਗਰਾਊਂਡ ਦੇ ਵਿੱਚ ਹੁੰਦੀ ਆ, ਉਹਨੂੰ ਕੋਈ ਉਧਰ ਲੱਤ ਮਾਰਦਾ, ਉਧਰ ਹੋ ਜਾਂਦੀ, ਉਧਰ ਹੋ ਜਾਂਦੀ ਆ। ਔਰ ਜੇ ਆਪਾਂ ਸੇਬ ਦੇ ਉੱਪਰ ਚਾਕੂ ਰੱਖ ਲਈਏ ਤਾਂ ਥੱਲੇ ਰੱਖ ਲਈਏ ਖਰਬੂਜਾ ਜਾਂ ਸੇਬ, ਉਹਨੇ ਕੱਟਣੇ ਕੱਟਣਾ। ਇਹ ਨਜ਼ਲਾ ਜਿਹੜਾ ਨਾ, ਇਹਨਾਂ ਦੀ ਲੜਾਈ ਹੈ ਕਾਂਗਰਸ ਔਰ ਅਕਾਲੀ ਦਲ ਦੀ, ਇਹ ਘਾਟਾ ਸਾਨੂੰ ਪੈਣਾ। ਅਸੀਂ ਆਪਣੇ ਅਸੂਲਾਂ ਦੀ ਲੜਾਈ 2003 ਤੋਂ ਲੜਦੇ ਆ ਰਹੇ ਹਾਂ। ਇੱਕ ਮੈਂ ਗੱਲ ਜ਼ਰੂਰ ਇੱਥੇ ਟੈਕਨੀਕਲੀ ਕਹਾਂਗਾ ਕਿ ਇੱਕ ਕੋਰਟ ਦੇ ਅੰਦਰ ਫੁੱਲ ਬੈਂਚ ਦੇ ਮੂਹਰੇ ਇੱਕ ਸੀਨੀਅਰ ਐਡਵੋਕੇਟ, ਔਰ ਉਹ ਵੀ ਇੱਕ ਕੇਂਦਰ ਸਰਕਾਰ ਵੱਲੋਂ ਇੱਕ ਡੈਕਲੇਰੇਸ਼ਨ ਦੇ ਰਿਹਾ ਹੈ ਕਿ ਮੈਂ ਵਿਦਡਰਾਅ ਕਰਦਾ, ਉਹ ਵੀ ਉਹਨਾਂ ਨੇ ਵਿਦਡਰਾਅ ਉਦੋਂ ਕੀਤੀ ਹੈ ਜਦੋਂ ਸਾਡੇ ਵਕੀਲਾਂ ਨੇ ਬਹਿਸ ਖਤਮ ਕਰ ਦਿੱਤੀ ਸੀ। ਔਰ ਸਾਡੀ ਬਹਿਸ ਬੜੀ ਲੀਗਲ ਸੀਗੀ, ਟੂ ਦੀ ਪੁਆਇੰਟ ਸੀ, ਜਿਹਦੇ 'ਚ ਅਸੀਂ ਕਿਹਾ ਕਿ ਐਕਟ ਦੇ ਵਿੱਚ ਅਮੈਂਡਮੈਂਟ ਨੋਟੀਫਿਕੇਸ਼ਨ ਨਾਲ ਨਹੀਂ ਹੋ ਸਕਦੀ। ਤਾਂ ਮਾਨਯੋਗ ਹਾਈ ਕੋਰਟ ਨੇ ਹਰਭਗਵਾਨ ਜੀ ਨੂੰ ਇਹ ਗੱਲ ਕਹੀ ਕਿ ਯੂ ਕਮ ਆਊਟ ਫਰੋਮ ਦੀ ਕਾਰਨਰ ਆਫ ਦਿਸ ਸੈਕਸ਼ਨ 72 ਜਿਹਦੇ ਨਾਲ ਤੁਸੀਂ ਅਮੈਂਡਮੈਂਟ ਕੀਤੀ ਹੈ, ਔਰ ਉਹਦਾ ਉਹਨਾਂ ਕੋਲ ਜਵਾਬ ਨਹੀਂ ਸੀ। ਜਦੋਂ ਉਹਨਾਂ ਕੋਲ ਜਵਾਬ ਨਹੀਂ ਸੀ ਤਾਂ ਉਹ ਕਹਿੰਦੇ ਜੀ ਬਿਲਕੁਲ ਅਸੀਂ ਇਹਦੇ 'ਚ ਕੋਈ ਕੁਛ ਕਰ ਨਹੀਂ ਸਕਦੇ। ਇੱਕ ਐਸਾ ਦਬਾਅ ਬਣਿਆ ਉਸ ਮੌਕੇ ਤੇ ਉਹਨਾਂ ਦਾ ਇੱਕਦਮ ਬਿਆਨ ਆ ਗਿਆ ਉੱਥੇ ਕਿ ਵੀ ਵਿਦਡਰਾਅ ਇਟ। ਮੇਰੇ ਕੋਲ ਇੱਕ ਮਿੰਟ ਆਈ ਜਸਟ ਵਾਂਟ ਟੂ ਸੇ ਕਿ ਆਹ ਤਿੰਨ ਪੇਜ ਦਾ ਇੱਕ ਆਰਡਰ ਕੋਰਟ ਨੇ ਅੱਜ ਦੀ ਡੇਟ 'ਚ ਦਿੱਤਾ ਹੈ ਜਿਹਦੇ ਵਿੱਚ ਸਾਨੂੰ ਰਿਲੀਫ ਮਿਲਿਆ ਹੈਗਾ, ਅਸੀਂ ਜਿੱਤੇ ਹੈ ਕੇਸ। ਹੋ ਅੱਜ ਦੀ ਡੇਟ ਵਿੱਚ ਤਾਂ ਇਹ ਕੇਸ ਖੜਾ, ਇਹ ਆਰਡਰ ਖੜਾ, ਔਰ ਸਾਡਾ ਵੋਟ ਅਧਿਕਾਰ ਬਰਕਰਾਰ ਹੈ। ਅੱਗੋਂ ਅਗਰ ਕੋਈ ਸੈਂਟਰਲ ਗਵਰਨਮੈਂਟ ਕੋਈ ਐਸਾ ਕੋਈ ਕੰਮ ਕਰਦੀ ਹੈ, ਕੋਈ ਕੇਸ ਪਾਉਂਦੀ, ਉਹਨਾਂ ਨੂੰ ਪਹਿਲਾਂ ਅਦਾਲਤ 'ਚ ਆ ਕੇ ਆਰਡਰ ਸੈੱਟ ਅਸਾਈਡ ਕਰਾਉਣਾ ਪਏਗਾ। ਬਿਲਕੁਲ ਠੀਕ ਹੈ, ਇਸ ਬਾਰੇ ਆਪਾਂ ਹੁਣੇ ਗੱਲ ਕਰਦੇ ਹਾਂ ਜੀ ਡਾਕਟਰ ਸ਼ਿਵ। ਦੇਖੋ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹੁਣੇ ਤੁਸੀਂ ਬਟਾਲਵੀ ਸਾਹਿਬ ਦਾ ਹੁਣੇ ਉਹਨਾਂ ਦਾ ਦਿਖਾਇਆ ਵੀ ਜੋ ਕੁਛ ਉਹਨਾਂ ਨੇ ਕਿਹਾ, ਉਹ ਇੱਥੇ ਤਾਂ ਕਹਿ ਰਹੇ ਕਿ ਮੈਂ ਬੜਾ ਹੈਰਾਨ ਹੋਇਆ ਕਿ ਕੋਰਟ ਦੇ ਵਿੱਚ ਕਿਵੇਂ ਉਹਨਾਂ ਨੇ ਆ ਕੇ ਇਹ ਕਹਿਤਾ। ਪਰ ਜੇ ਤੁਸੀਂ ਹੋਮ ਮਿਨਿਸਟਰੀ ਦੀ ਗੱਲ ਮੰਨ ਲਓ ਕਿ ਉਹਨਾਂ ਦੇ ਸਟੈਂਡਿੰਗ ਕੌਂਸਲ ਬਟਾਲਵੀ ਸਾਹਿਬ ਸੀਗੇ, ਇਹਨਾਂ ਨੇ ਉਸ ਵੇਲੇ ਕੋਰਟ 'ਚ ਉੱਠ ਕੇ ਓਬਜੈਕਟ ਕਿਉਂ ਨਹੀਂ ਕੀਤਾ ਕਿ ਇਹ ਆਥੋਰਾਈਜ਼ਡ ਨਹੀਂ ਹੈਗੇ ਆ, ਇਹ ਕਿਉਂ ਇਹ ਦੂਜਾ ਸਟੇਟਮੈਂਟ ਦੇ ਰਿਹਾ? ਇਹ ਉਹਨਾਂ ਨੇ ਉਹਨਾਂ ਦੀ ਸਟੇਟਮੈਂਟ ਨੂੰ ਉੱਥੇ ਜਿਹੜਾ ਹੈਗਾ ਪਿਛਲੀ ਸਟੇਟਮੈਂਟ ਨੂੰ ਕਿਵੇਂ ਨਿਗੇਟ ਕਰ ਦਿੱਤਾ? ਇਹ ਫੈਕਟਸ ਉਸ ਵੇਲੇ ਜਿਹੜੀ ਸਟੈਂਡਿੰਗ ਕੌਂਸਲ ਜਿਹਨੂੰ ਅਸਲੀ ਕਹਿ ਰਹੀ ਹੈ ਹੋਮ ਮਿਨਿਸਟਰੀ ਜਾਂ ਲਾਅ ਮਿਨਿਸਟਰੀ, ਉਹਨੇ ਉੱਠ ਕੇ ਓਬਜੈਕਟ ਕਿਉਂ ਨਹੀਂ ਕੀਤਾ? ਉਹ ਸ਼ਾਇਦ ਕਨਫਿਊਜ਼ ਹੋ ਗਏ ਹੋਣੇ। ਮੈਂ ਇੱਕ ਮਿੰਟ ਡਾਕਟਰ ਚੀਮਾ ਹੋਣੇ ਹੋਣਾ, ਲੈਟ ਮੀ ਟਰਨ ਟੂ ਦੀ ਗਵਰਨਮੈਂਟ ਆਫ ਇੰਡੀਆਜ਼ ਕੌਂਸਲ ਐਟ ਚੰਡੀਗੜ੍ਹ, ਅਨਮੋਲ ਰਤਨ ਸਿੰਘ। ਅਨਮੋਲ ਰਤਨ ਜੀ, ਵਾਟ ਕਾਇੰਡ ਆਫ ਏ ਸਿਸਟਮ ਯੂ ਨੋ ਅੰਡਰ ਯੂ ਡਸ ਦੀ ਯੂਨੀਅਨ ਗਵਰਨਮੈਂਟ ਹੈਵ ਇਨ ਚੰਡੀਗੜ੍ਹ ਟੂ ਰੈਪ੍ਰੈਜ਼ੈਂਟ ਇਟਸੈਲਫ ਇਨ ਦੀ ਹਾਈ ਕੋਰਟ? ਪਲੀਜ਼, ਇਟ ਇਜ਼ ਲਾਈਕ ਦੀ ਅਸਿਸਟੈਂਟ ਸੋਲੀਸਿਟਰ ਜਨਰਲ, ਆਈ ਐਮ ਡਾਕਟਰ ਅਨਮੋਲ ਰਤਨ ਸਿੱਧੂ, ਹਾਂਜੀ, ਅਸਿਸਟੈਂਟ ਸੋਲੀਸਿਟਰ ਜਨਰਲ ਆਫ ਇੰਡੀਆ, ਨੋਨ ਐਜ ASG ਸ਼ਾਰਟਲੀ ਜੀ, ASG ਦੀ ਆਈ ਐਮ ਦੀ ਇੰਚਾਰਜ ਆਫ ਦੀ ਲਿਟੀਗੇਸ਼ਨ ਆਫ ਪੰਜਾਬ ਹਰਿਆਣਾ ਇਨ ਚੰਡੀਗੜ੍ਹ ਬਿਫੋਰ ਚੰਡੀਗੜ੍ਹ ਐਂਡ ਆਈ ਰੀਪ੍ਰਜੈਂਟ ਦੀ ਗਵਰਨਮੈਂਟ ਆਫ ਇੰਡੀਆ ਬਿਫੋਰ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਵਟ ਐਵਰ ਦੀ ਕੇਸਿਸ ਵੇਅਰ ਦੀ ਇੰਟਰਸਟ ਆਫ ਦੀ ਗਵਰਨਮੈਂਟ ਆਫ ਇੰਡੀਆ ਇਜ਼ ਇਨਵੋਲਵਡ ਆਈ ਮਾਰਕ ਦੋਸ ਟੂ ਦੀ ਵੇਰੀਅਸ CGSEs, ਸੈਂਟਰਲ ਗਵਰਨਮੈਂਟ ਸਟੈਂਡਿੰਗ ਕਾਉਂਸਲਸ ਐਂਡ ਸੀਨੀਅਰ ਪੈਨਲ ਕਾਉਂਸਲਸ ਲਾਈਕ ਦਿਸ ਆਲਸੋ ਦੀ ਅਰਾਊਂਡ ਫੋਰ ਆਲ ਥਰੀ ਰਿਟ ਪਟੀਸ਼ਨਸ ਹੈਵ ਬੀਨ ਮਾਰਕ ਟੂ ਫੋਰ ਸੈਂਟਰਲ ਗਵਰਨਮੈਂਟ ਸਟੈਂਡਿੰਗ ਕਾਉਂਸਲਸ ਲਾਈਕ ਮਿਸਟਰ ਬਟਾਲਵੀ ਆਲਸੋ, ਕੁਲਵੰਤ ਕੌਰ ਕਾਲੋਂ ਐਂਡ ਅਦਰਸ ਦੇ ਵਰ ਰੀਪ੍ਰਜੈਂਟਿੰਗ ਐਂਡ ਈਵਨ ਆਈ ਹੈਵ ਆਲਸੋ ਰੀਪ੍ਰਜੈਂਟਡ ਦਿਸ ਵੈਰੀ ਕੇਸ ਐਂਡ ਦਿਸ ਇਜ਼ ਦੀ ਪ੍ਰੋਸੀਜਰ ਬਟ ਵੈਨ ਸਮ ਸਪੈਸ਼ਲ ਕਾਉਂਸਲ ਇਜ਼ ਟੂ ਬੀ ਅਪੁਆਇੰਟਡ then there is a notification and special letter and that the copy of that letter is always addressed to the ASG to me that so and so special counsel has been so Dr. Sidhu in this case so he is to represent. Are you invariably informed whenever another advocate is enlisted for any case in the Punjab and Haryana High Court? Yes, always the copy comes to me.
So, Dr. Sidhu, were you informed in this case about Harbhagwan Singh? No, I have no information with regard to that. No copy has been received to my office. So that means you had no information about Harbhagwan Singh, you know, he been asked to handle this case? No. So how often, Dr. Sidhu, are briefs given orally? Kinne ek likhat hunde aa te kinne ek zubani jede brief hai tuhanu dite jande aa? ना मैं सारे केसेस नू डील कर दें या आई एम द इंचार्ज ऑफ द लिटिगेशन तो इट इज नॉट दैट द गवर्नमेंट ऑफ इंडिया सेंड्स द ब्रीफ इट इज द ऑनरेबल हाई कोर्ट विच सेट्स द मशीनरी इनटू द मोशन लॉ मशीनरी इनटू द मोशन दे इशू द नोटिसेस देन नोटिसेस आर अकॉर्डिंगली इशू टू द एएसजी एंड अदर सीजीएसईस वी आर हैविंग अ रिकॉर्ड ऑफ दोज नोटिसेस जो भी तुम क्लाइंट इन दिस केस दी गवर्नमेंट ऑफ इंडिया जो कोई ब्रीफ भेजता वा वह जबानी भेजता वा तुम कोर्ट के कहते हैं कि आ कहना तुम या लिखित रूप के भेजते हो लिखित इट इज ऑलवेज लिखित बट इफ सम इंस्ट्रक्शंस आर टू बी सॉट सपोज दैट द डायरेक्शंस ऑफ द ऑनरेबल कोर्ट देन वी मेक द टेलीफोन ऑल्सो वी हैव गॉट द लिस्ट ऑफ ऑल द नोडल ऑफिसर्स एज पर द न्यू लिटिगेशन पॉलिसी इंट्रोड्यूस्ड बाय द ऑनरेबल लॉ मिनिस्टर वी हैव लिस्ट ऑफ ऑल नोडल ऑफिसर्स विद मी सो डॉक्टर सिद्धू तुहानू की लगता कि इस केस दे विच की होया वा टू गेट द इंस्ट्रक्शंस सो आई कांट से विद रिगार्ड टू द दैट आई कैन से ओनली विद रिगार्ड टू द प्रोसीजर इज लाइक दिस And what happened now, I have received a letter from the Ministry of Home Affairs, from the Joint Secretary, Mr. Dharminder Sharma, and then Mr. Soman also, the Director of the Ministry of Home Affairs, to adopt the remedial measures. And accordingly, I am making the applications. I have already approved, the draft has already been approved with regard to the applications which are to be moved before the Honorable High Court. And we are making the prayer before the Honorable High Court for the reliefs which are to be done or the remedial measures which are to be adopted. Right. Thank you very much, Dr. Anmol Ratan Singh Sidhu. The biggest fallout of the last 2 days' developments has been the deficit of trust and fresh seeds of suspicion that have been sowed between the center and a sizable section of the Sikhs. Is the center playing politics with issues involving the Sikhs? Going by the recent turn of events, a large number of the members of the community feel so. Well, it all started with the center rejecting Punjab's proposal for a separate Sikh marriage act a few days ago. In its defense, the center said a separate act for the Sikhs would invite similar demands from other communities. The decision drew widespread criticism from different quarters with various Sikh bodies terming it anti-Sikh. The issue was yet to rest when another flared up. This time it was regarding the SGPC elections. On Thursday, the center allegedly withdrew its 2003 notification debarring Sahajdari Sikhs from voting. Thus, the High Court allowed Sahajdari Sikhs to vote in the polls scheduled for September 18. The decision sparked criticism from various Sikh bodies. The center was accused of meddling in Sikhs' religious affairs. A day later, the center was in damage control mode. Home Minister P. Chidambaram clarified that the center had not withdrawn the notification and called it a case of miscommunication. Sikh leaders heaved a sigh of relief, saying better sense had prevailed. But the seeds of suspicion against the center had been sowed again. Incidentally, there is a long-running history of Sikhs mistrusting the central government's motives. And the recent turn of events seemed to have only strengthened the Sikh suspicions against the center. Bureau Report, Day and Night News. गुरतेज जी पिछले हफ्ते दे विच विच दो डिवेलपमेंट्स इहो जिहियां होईयां वा पहलों मैरिज लॉ जिहड़ा स्पैशल मैरिज लॉ जिहड़ी सिख बड़ी देर तों डिमांड कर रहे आ उहनूं रिजेक्ट करता और उस तों बाद नोटिफिकेशन दे उत्ते कन्फ्यूजन जिहड़ा होया वा जी इह तुहानूं तुसीं की निचोड़ कढ़दे जे पी की हो की रिहा वा मैं तो यही लगता है कि देखो जिहड़ा सिख मैरिज लॉ दे उत्ते इहनां ने डिनाई कीता है कि असीं इस नूं कंसीडर नहीं करांगे इस दी कोई लोड़ नहीं सी इस वेले इस वास्ते किया गया कि एक पार्टी जिहड़ी के परसैप्शन है कि यह कांग्रेस इन्हें सपोर्ट कर रही है उन्होंने बरखिलाफ प्रजुडिस बिल्ड हो गए इस तो अलावा होर कोई परपज इस स्टेज के उत्ते हो ही नहीं सकता
अच्छा फिर उसका जस्टिफिकेशन की दिता है, जस्टिफिकेशन यह है कि जी जे इन्होंने सिखा दे असं बनाता फिर दूसरे लोग भी मंगन गए। पाकिस्तान ने लॉ बनाया जी, मैं उसके नाल एसोसीएटेड हाँ मैं, और लॉ उन्होंने जिस तरह उन्होंने बना के दिता असी उस तरह उन्होंने अडोप्ट कर लिया। उत्थे सिर्फ 50,000 सिख है, पर गुरतेज जी तुहानू लग रहा कि जो भी हो रहा वा या पिछले हफ्ते च होया वा ये अगलिया जिहड़ियां विधानसभा चोणां होणियां वा 5-6 महीने नूं ये उन्होंने मद्देनजर रख के हो रहा वा? देखो मद्देनजर चोणां तां होणियां ही होणगियां, वह तो एक नैचुरल कॉन्सीक्वेंस है। हुण इन्हां नूं जिहड़ी सत्ताधारी पार्टी है इन्हां नूं एडवांटेज यह मिलता है कि इन्हां नूं 6 महीने लगातार इलैक्शन कैंपेन करन दा मौका मिलता, दो इशूज मिल गए इन्हां नूं, हाँ और इशूज मिल गया 6 महीने लगातार 8 महीने इलेक्शन कैंपेन कर सकते हैं। इसकी बेनीफिट सारी जी है वह इस सत्ताधारी पार्टी में जाती है, जो दूसरे लोग हैं उन्होंने बरखिलाफ प्रेजुडिस बिल्ड होंगी है। अच्छा फिर कहते हैं कि जी ये पंथक हितों के बरखिलाफ है, लेकिन पंथ के हितों तो इन्होंने 1996 छड़ता सी, इन्होंने अपनी पार्टी पंजाबी पार्टी बना लिया, अकाली दल की जी सिखा की नुमाइंदगी करी उन्होंने खासियत सी उसनों इन्होंने त्यागता। हूँ ये किस बेस के उत्ते कहें कि पंथ के सिर्फ यही नुमाइंदे हैं कि दूसरे नहीं? डॉक्टर चीमा गुरतेज जी ये कह रहे हैं कि सेंटर ने बेनीफिट्स की बेनीफिट्स का गफा अकाली दल की झोली च पाता और विधानसभा चोणों च बहुत बेनीफिट होगा। मैं तो पहले कह रहा ना कि जो तुम कोई जाति करोगे तो कुदरती गल है कि जे तुम साढ़े जाति करोगे तो लोगों की समदर्दी साढ़े नाल जुड़ती है, लेकिन यदा मतलब यह नहीं होंगे कि जो तुम साढ़े जाति कर रहे हो तो तुम साढ़े हमदर्द हो तो इस करके साढ़े नाल जाति कर रहे हो। इस फर्क को समझन की लोड़ है। पहला जो आनंद मैरिज एक्ट का होया वह भी बहुत बड़ा इनजस्टिस है सिख मेजोरिटी के नाल, उन्होंने भी असी कंडम किया और हुण जिहड़ा होया ये बहुत वड्डा फराड है जिहड़ा हुण इस वेले जिहड़ा होया ये बिल्कुल एक डेमोक्रेसी का मर्डर है और सिख इंस्टीट्यूशन जिहड़ी हैगी है बड़ी कुर्बानियां देने तों बाद बनी उन्होंने खत्म करन दी कमजोर करन दी बहुत वड्डी साजिश। हरपाल सिंह जी तुसीं दसो कि इहदा बेनीफिट जो होया वा इहदा किहनूं मिलेगा? इहनां श्रोमणी अकाली दल बादल नूं, इहनां नूं इहनां दा पूरा बेनीफिट्स है। देखो इन्होंने यह गल की 2003 का जो नोटिफिकेशन कराया इन्होंने